ਹੈਲੋ ਦੋਸਤੋ ਮੈਂ ਸੰਦੀਪ ਨਾਇਨ ਸਵਾਗਤ ਕਰਦਾ ਤੁਹਾਨੂੰ ਸਾਰਿਆਂ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਅੱਜ ਹੁਣ ਉਹ ਕਬੱਡੀ ਕੱਪ ਜਾਣ ਕੇ ਅੱਜ 17 ਫਰਵਰੀ 2021 ਨੂੰ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਿੱਥੇ-ਕਿੱਥੇ ਕਬੱਡੀ ਕੱਪ ਹੋਣਗੇ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਦੋਸਤੋ ਅੱਜ ਬਹੁਤ ਵੱਡਾ ਕਬੱਡੀ ਕੱਪ ਕਮਾਲਪੁਰਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋ ਰਿਹਾ ਇੱਥੇ ਜੀ ਦੋਸਤੋ 65 ਕਿਲੋ ਦੇ ਮੁਕਾਬਲੇ ਹੋਣਗੇ ਜਿਹੜਾ ਫਰਸਟ ਇਨਾਮ ਹੈ 65 ਕਿਲੋ ਦਾ ਉਹ ਹੋਊਗਾ 20000 ਰੁਪਏ ਤੇ ਸੈਕੰਡ ਹੋਊਗਾ 15000 ਰੁਪਏ ਤੇ ਕੱਲ ਨੂੰ ਇੱਥੇ ਦੋਸਤੋ ਕਬੱਡੀ ਦੇ ਓਪਨ ਦੇ ਮੁਕਾਬਲੇ ਹੋਣਗੇ ਤਿੰਨ ਪਲੇਅਰ ਬਾਹਰੋਂ ਖੇਡ ਸਕਦੇ ਨੇ ਫਰਸਟ ਇਨਾਮ ਹੋਊਗਾ 1 ਲੱਖ ਰੁਪਏ ਤੇ ਸੈਕੰਡ ਹੋਊਗਾ 75000 ਰੁਪਏ ਤੇ ਕੱਲ ਨੂੰ ਇੱਥੇ ਬਹੁਤ ਵੱਡੇ ਸੁਪਰਸਟਾਰ ਪਲੇਅਰ ਹਰਿਆਣਾ ਤੇ ਪੰਜਾਬ ਦੇ ਪੁੱਜ ਰਹੇ ਨੇ ਤੇ ਦੋਸਤੋ ਇਹ ਸੀ ਅੱਜ ਹੋਣ ਵਾਲੇ ਕਬੱਡੀ ਕੱਪ ਇੰਨੀ ਹੀ ਅਪਡੇਟ ਅੱਜ ਸਾਨੂੰ ਮਿਲੀ ਹੈ ਜੇਕਰ ਤੁਸੀਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਰੋ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ